ਤੁਸੀਂ ਸਾਡੇ ਬਜ਼ੁਰਗ ਹੈਗੇ ਅਸੀਂ ਤੁਹਾਨੂੰ ਕਿਉਂ ਗਲਤ ਕਹਿਣਾ ਅਸੀਂ ਕੁਝ ਗਲਤ ਵੇਖਿਆ ਹੀ ਇਹ ਕੁਫਰ ਆ ਸ਼ਿਰਕ ਆ ਇਹੀ ਇਹੀ ਕੁਛ ਹੋਰ ਤਾਂ ਕੁਛ ਨਹੀਂ ਹੈਗਾ ਨਹੀਂ ਨਹੀਂ ਤੁਸੀਂ ਮੈਂ ਪਰਾਂ ਰੱਖਣਾ ਤੁਹਾਨੂੰ ਦੱਸ ਦਿੰਦੇ ਸਮਝ ਲਓ ਕਿਆਮਤ ਨਜ਼ਦੀਕ ਇਹ ਇਹਨਾਂ ਨੇ ਲੈ ਕੇ ਆਉਂਦੀ ਆ ਅਤੇ ਇੱਦਾਂ ਕਰੀ ਜਾਣਗੇ ਹੋਰ ਨਜ਼ਦੀਕ ਆ ਜਾਏਗੀ ਅਤੇ ਲੱਗੇ ਆ ਇਹ ਨਿੱਕੇ ਨਿੱਕੇ ਬੱਚੇ ਪੀਣ ਰਹੇ ਆ ਸ਼ਰਮ ਆਉਂਦੀ ਆਪ ਨੂੰ ਦੇਖ ਕੇ ਤੁਸੀਂ ਸਾਡੇ ਇਲਮੀ 'ਚ ਇਜ਼ਾਫਾ ਕਰੋ ਤੈਨੂੰ ਸੁਣਾਈਏ ਫਿਰ ਇਹ ਗੱਲ ਨਰਾਮਤ ਇੱਕ ਨਜ਼ਾਮ ਇੱਕ ਨਾ ਕਰਮ ਇੱਕ ਨਾ ਭਰਮ ਇੱਕ ਨਾ ਧਰਮ ਇੱਕ ਨਾ ਜਮਣ ਇੱਕ ਨਾ ਮਰਨ ਇੱਕ ਨਾ ਕਰਨ ਇੱਕ ਨਾ ਜਰਨ ਇੱਕ ਨਾ ਅਕਲ ਇੱਕ ਨਾ ਸ਼ਕਲ ਇੱਕ ਬਾਬੀ ਇਹ ਵੀ ਇੱਕ ਪੋਜ਼ਿਟਿਵ ਚੀਜ਼ ਵਾਣਾ ਚਾਹਨਾ ਲੋਕ ਸਮਝਦੇ ਨੇ ਜੀ ਦਾਤਾ ਦੇ ਜਾਓ ਦਰਬਾਰ ਜਾਓ ਤੇ ਪਤਾ ਨਹੀਂ ਕੀ ਗੰਦ ਹੋ ਰਿਹਾ ਇਹ ਹੋ ਰਿਹਾ ਸੀ ਤੇ ਕੁਛ ਨਹੀਂ ਆਸਾ ਵੇਖ ਇਹ ਬਹੁਤ ਕੁਛ ਹੈਗਾ ਲੇਕਿਨ ਇਹ ਚੀਜ਼ਾਂ ਆਪ ਦੇਖੋ ਸਾਨੂੰ ਨਹੀਂ ਕੁਛ ਰਹੀ ਆਪ ਦੇਖੋ ਅਸੀਂ ਚਾਹੁੰਦੇ ਆ ਤੁਸੀਂ ਆਵਾਮ ਨੂੰ ਦੱਸੋ ਕਿ ਇੱਥੇ ਕੁਛ ਐਸਾ ਗੰਦ ਨਹੀਂ ਹੋ ਰਿਹਾ ਅਸੀਂ ਤੇ ਆ ਚਾਹੁੰਦੇ ਆ ਆਪ ਦੇਖਣਾ ਤੁਸੀਂ ਸਾਰਾ ਕੁਛ ਜੋ ਕੁਛ ਹੁੰਦਾ ਪਿਆ ਦੱਸਣਾ ਨਹੀਂ ਹੁੰਦਾ ਬਾਬੀ ਅਸੀਂ ਤੇ ਬਾਹਰ ਵੇਖਿਆ ਸੀ ਤੇ ਤੁਹਾਡੇ 'ਚ ਕੁਛ ਗਲਤ ਨਹੀਂ ਵੇਖਿਆ ਅਸੀਂ ਐਵੇਂ ਹੀ ਕਹੀਏ ਤੁਸੀਂ ਗਲਤ ਹੈਗੇ ਆ ਆਪਣੇ ਗਲਤ ਆ ਜਾਂ ਸਹੀ ਆ ਜੋ ਕੁਛ ਹੈ ਤੁਹਾਡੇ ਸਾਹਮਣੇ ਤੁਸੀਂ ਸਾਡੇ ਬਜ਼ੁਰਗ ਹੈਗੇ ਅਸੀਂ ਤੁਹਾਨੂੰ ਕਿਉਂ ਗਲਤ ਕਹਿਣਾ ਅਸੀਂ ਕੁਛ ਗਲਤ ਵੇਖਿਆ ਹੀ ਨਹੀਂ ਆ ਗਲਤ ਆ ਆ ਸ਼ਰੀਅਤ ਦੇ ਖਿਲਾਫ ਆ ਆ ਸ਼ਿਰਕ ਦੀ ਲਾਈਨ ਆ ਤੁਸੀਂ ਗੱਲਾਂ ਸ਼ਿਰਕ ਦੀਆਂ ਕਰਦੇ ਹੋ ਸਾਰੀਆਂ ਲੇਕਿਨ ਇਹ ਉਲਟਾ ਸਾਰਾ ਸ਼ਿਰਕ ਦੀ ਲਾਈਨ ਆ ਸ਼ਿਰਕ ਵਿੱਚ ਸਾਡੀ ਜਾਇਦ ਹੋ ਜਾਂਦੀ ਹੈ ਇਹ ਕੁਫਰ ਆ ਸ਼ਿਰਕ ਆ ਇਹੀ ਕੁਛ ਹੋਰ ਤਾਂ ਕੁਛ ਨਹੀਂ ਹੈਗਾ ਬਾਬਾ ਦੇਖੋ ਇਸ ਤਰ੍ਹਾਂ ਹੋ ਰਿਹਾ ਇੱਥੇ ਹੁਣ ਦਾਤਾ ਦਾ ਮੇਲਾ ਜਦੋਂ ਆਉਂਦਾ ਨਾ ਚਰਸਾਂ ਬੂਟੀਆਂ ਅਤੇ ਪਤਾ ਨਹੀਂ ਇੱਥੇ ਕੀ ਅੱਲਾ ਮਾਫ਼ ਕਰੇ ਹੋ ਰਿਹਾ ਤੁਸੀਂ ਆਪਣੇ ਦਿਲ ਨਾਲ ਦੱਸੋ ਇਹ ਗੱਲ ਜਾਇਜ਼ ਨਹੀਂ ਨਹੀਂ ਤੁਸੀਂ ਮੈਕ ਪਰਾਂ ਰੱਖੋ ਤੁਹਾਨੂੰ ਦੱਸ ਦਿੰਦੇ ਸਮਝ ਲਓ ਦੱਸੋ ਆਵਾਮ ਨੂੰ ਪਤਾ ਲੱਗੇ ਤੁਸੀਂ ਮਾਸ਼ਾਅੱਲਾ ਮੈਨੂੰ ਸਮਝ ਆ ਗਿਆ ਕਿਆਮਤ ਨਜ਼ਦੀਕ ਇਹ ਇਹਨਾਂ ਨੇ ਲੈ ਕੇ ਆਉਂਦੀ ਆ ਤਾਂ ਇੱਦਾਂ ਕਰੀ ਜਾਣਗੇ ਹੋਰ ਨਜ਼ਦੀਕ ਆ ਜਾਏਗੀ ਬਿਲਕੁਲ ਇਹ ਜਿੰਨੀ ਤਲੀਮ ਨੇ ਪੱਠਾ ਬਿਠਾਇਆ ਨਾ ਹੋਰ ਕਿਸੇ ਨੇ ਬਿਠਾਇਆ ਇਹ ਤਲੀਮ ਹੀ ਹੈ ਜਿਹੜੀ ਇੰਨਾ ਕੁਛ ਕਰਾਈ ਜਾਣ ਲਈ ਕਿੱਥੋਂ ਆਈ ਜਾਂਦਾ ਸਾਰਾ ਕੁਛ ਸਮਝ ਤੋਂ ਬਾਹਰ ਇਹ ਲੱਗੇ ਬੜਾ ਹੈਰਾਨ ਹੈਗਾ ਵਾ ਜਦੋਂ ਅਸੀਂ ਤੁਹਾਨੂੰ ਵੇਖਿਆ ਨਾ ਮੈਂ ਕਿਹਾ ਤੁਸੀਂ ਕੁਛ ਵੀ ਨਹੀਂ ਦੇਖਿਆ ਹੈਗਾ ਹਾਲੇ ਵਿੱਚ ਵੜ ਕੇ ਦੇਖੋਗੇ ਤੇ ਇਸ਼ਕ ਬੋਲ ਤੇ ਕੁਝ ਨਾ ਫੋਲ ਚੋਪੇ ਭਲੀ ਆ ਜਿੰਨਾ ਬੋਲੋਗੇ ਦੁਸ਼ਮਣ ਬਣਗੇ ਤੁਹਾਡੇ ਸਾਰੇ ਆ ਅੱਗੇ ਸਭ ਦੁਸ਼ਮਣ ਚਰਸ ਪੀਂਦੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਸਰਕਾਰ ਨੇ ਕਿਹਾ ਪੂਰੀ ਜ਼ਿੰਦਗੀ ਪੀਂਦਾ ਰਿਹਾ ਸਭ ਝੂਠ ਬੋਲਦੇ ਆ ਆਹ ਝੂਠ ਬੋਲਦੇ ਆ ਕੰਮ ਨਹੀਂ ਕਰ ਸਕਦੇ ਹੁੰਦੇ ਅਕਲ ਦੀ ਪੁੱਛਿਆ ਕਿ ਬੂਟੀ ਕਿਉਂ ਪੀ ਰਿਹਾ ਕਹਿੰਦਾ ਮੇਰੇ ਪੀਰ ਨੇ ਮੈਨੂੰ ਲਾਇਆ ਕਿ ਤੂੰ ਕਦੀ ਹੋਸ਼ ਚ ਨਾ ਆ ਇਹ ਬੂਟੀ ਦੀ ਗੱਲ ਆ ਨਾ ਇਹ ਬੂਟੀ ਭੰਗ ਫੀਮ ਡੋਡੇ ਧਤੂਰਾ ਆਹ ਚਾਰ ਚੀਜ਼ਾਂ ਮਾਲਕ ਨੇ ਪੈਦਾ ਕੀਤੀਆਂ ਖਾ ਸਕਦੇ ਹੋ ਕਿਉਂਕਿ ਤਸੀਰ ਉਹਨੇ ਮਾਲਕ ਰੱਖੀ ਵਿੱਚ ਉਹਦੇ ਜਿਹੜਾ ਘਾਹ ਘਾਹ ਪੈਦਾ ਕੀਤਾ ਤਸੀਰ ਉਹਦੇ ਵਿੱਚ ਇਹਨਾਂ ਚੀਜ਼ਾਂ ਤਸੀਰ ਅਲੱਗ ਵਾ ਜਿਹੜੀ ਚਰਸਾ ਜਿਹੜੀ ਅਕਲ ਨਾਲ ਟਰਾਂਸਲੇਟ ਕਰਕੇ ਚੀਜ਼ ਬਣਾਈ ਉਹ ਗਲਤ ਸਾਰੀ ਇਹ ਸਭ ਚੀਜ਼ਾਂ ਅਕਲ ਦੀਆਂ ਬਣਾਈਆਂ ਹੋਈਆਂ ਵਾ ਅਤੇ ਲੱਗੇ ਆ ਇਹ ਨਿੱਕੇ ਨਿੱਕੇ ਬੱਚੇ ਪੀਣ ਰਹੇ ਆ ਸ਼ਰਮ ਆਉਂਦੀ ਆਪ ਨੂੰ ਦੇਖ ਕੇ ਵੀ ਆਖਰ ਅਸੀਂ ਬੱਚਿਆਂ ਵਾਲੇ ਹਾਂ ਲੇਕਿਨ ਛੱਡ ਕੇ ਆਏ ਇਹ ਲੋਕ ਕਰਦੇ ਆ ਕਰਾਉਂਦੇ ਆ ਕੁੜੀਆਂ ਪੀਂਦੀਆਂ ਸਮਝ ਤੋਂ ਬਾਹਰ ਆ ਲਾਹੌਰ ਇਹ ਲਾਹੌਰ ਆ ਇਹ ਲਾਹੌਰ 'ਚ ਬਹੁਤ ਕਹਿ ਲਓ ਵੀ ਇੰਨਾ ਕੁ ਗੰਦ ਵੱਜਿਆ ਹੋਇਆ ਹਿਸਾਬ ਹੀ ਕੋਈ ਨਹੀਂ ਅੱਛਾ ਬਾਬਾ ਉੱਤੋਂ ਹੋ ਜਾਂਦੇ ਨੇ ਢੀਠ ਕੇ ਠੀਕ ਹੈ ਜੀ ਉੱਥੋਂ ਵੇਹਣਗੇ ਤੁਹਾਡੇ ਨਾਲ ਝੂਠਾ ਹਮੇਸ਼ਾ ਗੁੱਸਾ ਕਰੇਗਾ ਉਹਦਾ ਸਾਬਤ ਹੋ ਜਾਂਦਾ ਵੀ ਝੂਠਾ ਵਾ ਉਹ ਗੁੱਸਾ ਕਰਦਾ ਵਾ ਬਾਬਾ ਕੀ ਕਹਿ ਰਹੇ ਹੋ ਮੈਂ ਕਹਿ ਰਿਹਾ ਹਾਂ ਕਿ ਜਿਹੜੀ ਐਲੋਪੇ ਬਣਾਈ ਹੈ ਜਦੋਂ ਐਮ ਏ ਬੀ ਐਸ ਏ ਵੇ ਹੈ ਡਾਕਟਰ ਪ੍ਰੋਫੈਸਰ ਹੈ ਇਹਦਾ ਮਤਲਬ ਕੀ ਅਤੇ ਬਣਾਈ ਕਿਣੇ ਵੇ ਐਲੋਪੇ ਬਣਾਈ ਕਿਣੇ ਵੇ ਅੱਗੇ ਤਾਂ ਫਿਰ ਅੱਗੇ ਵੇ ਨਾ ਫਿਰ ਕਨੂਤਾ ਨੇ ਤਾਂ ਫਿਰ ਕੋਲੇ ਤਾਂ ਫਿਰ ਗਮ ਤਾਂ ਫਿਰ ਕੌਸਰ ਤਾਂ ਫਿਰ ਇਮਰਾਨ ਨੇ ਤਾਂ ਫਿਰ ਸਫਿਆਨ ਨੇ ਤਾਂ ਫਿਰ ਸਾਰਾ ਕੁਝ ਤਾਂ ਫਿਰ ਪਹਿਲੋਂ ਐਲੋਪੇ ਵੇ ਹੈਂ ਇਹ ਕਿਣੇ ਬਣਾਈ ਇਹਦਾ ਮਤਲਬ ਕੀ ਹੈ ਤੋੜੀਏ ਤੱਕ ਤੂੰ ਵੀ ਪੜ੍ਹਿਆ ਲਿਖਿਆ ਹੈ ਅਸੀਂ ਤਾਂ ਜਹਿਲ ਹਾਂ ਨਪਾੜਾਂ ਕਿਉਂਕਿ ਸਾਨੂੰ ਤਾਂ ਨਸ਼ਾ ਹੀ ਮੰਨਦੇ ਇਲਮੀ 'ਚ ਇਜ਼ਾਫਾ ਕਰੋ ਨਸ਼ਾ ਹੀ ਨਹੀਂ ਗਏ ਤੁਸੀਂ ਸਾਡੇ ਬਜ਼ੁਰਗ ਸੰਤ ਤੁਸੀਂ ਨਸ਼ਾ ਹੀ ਮੰਨ ਗਏ ਹੋ ਕੀ ਹੋ ਗਿਆ ਇਹ ਤੁਸੀਂ ਸਾਡੇ ਬਜ਼ੁਰਗ ਹੈਗੇ ਹੋ ਤੁਸੀਂ ਸਾਡੇ ਇਲਮੀ 'ਚ ਇਜ਼ਾਫਾ ਕਰੋ ਤੈਨੂੰ ਸੁਣਾਈਏ ਫਿਰ ਇਹ ਗੱਲ ਬਾਬਾ ਜੀ ਹਮਾਰੇ ਇਲਮੇ ਇਜ਼ਾਫਾ ਕਰਨੇ ਲੱਗੇ ਹੈ ਜੀ ਆਪ ਵੀ ਸੁਣੀਏਗਾ ਸ਼ਾਇਦ ਆਪਕੋ ਵੀ ਫੈਜ਼ ਮਿਲੇ ਜੀ ਬਾਬਾ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਔਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਮਾਂ ਪੀਰ ਪੇਸ਼ਵਾ ਕੋ ਸਜਦਾ ਉਸਤਾਦ ਕੋ ਤਜ਼ੀਮ ਸਿਰ ਪਰ ਪੰਜਾ ਪੀਰ ਦਾ ਪੀਰ ਸਾਬਤ ਜਾ ਵੀ ਸਾਂਚਾ ਮੁਰਸ਼ਿਦ ਪੀਰ ਤਾਲਬ ਯਕੀਨ ਅਲ ਹੁਲਾਮੀਨ ਸਲਾਮਨ ਕੌਲ ਮਿਨ ਰਬ ਰਹੀਮ ਦਿਲ ਕਾ ਫੁਰਨ ਨਿਕਾਲ ਕਰ ਸਵਾਰ ਫਿਰ ਕੋ ਦਸ ਬਿਸਮਿਲ੍ਲਾ ਰਹਿਮਾਨ ਰਹੀਮ ਸਾਰਾ ਜ਼ਮਾਨਾ ਅਲਫ ਅੱਲਾ ਅਲਫ ਅੱਲਾ ਅਲਫ ਅਕਬਰ ਅਲਫ ਅਫਜ਼ਲ ਅਲਫ ਅੱਲਾ ਬਾਬ ਅਲ ਰਬਾਬ ਅਲ ਖਲਕੋ ਕਾ ਤਾਲਬ ਉਤਰਾਬ ਬੇ ਬਿਸਮਿਲ੍ਲਾ ਬੇ ਬਹਾਦਰ ਬੇ ਦਾ ਅਤੇ ਬੇ ਬੇ ਬਹਾ ਆਲੇ ਮੁਹੰਮਦ ਆਬੂਆ ਤੇਰਾ ਮੇਰਾ ਨਹੀਂ ਪੇ ਪੈਦਾ ਪੇ ਪੈਗੰਬਰ ਪੇ ਪੇਸ਼ਵਾ ਤੇ ਬੇ ਪਨਾਹ ਪਾਕ ਮੁਹੰਮਦ ਮੁਸਤਫਾ ਕੋਲ ਕਹਿਣਾ ਦੀ ਤੇ ਤੌਬਾ ਤੇ ਤਵੰਗਰ ਤੇ ਤੈਤਲ ਸਰਾ ਤੂੰ ਮੈਂ ਨਹੀਂ ਜਾਣਦੇ ਉਹ ਆਲੇ ਮੁਹੰਮਦ ਜਾਣਦੇ ਨੇ ਤੈਤਲ ਸਰਾ ਤੋਂ ਅਰਸ਼ੇ ਔਲਾਦ ਲੈ ਕੇ ਤੈਤਲ ਸਰਾ ਤੱਕ ਉਹਨਾਂ ਦਾ ਬੂਆ ਤੇ ਟੋਹਰ ਤੇ ਟਵੰਗਰ ਤੇ ਟਹਿਲ ਜਾ ਲਈ ਬਾਦ ਖੈਬਰ 'ਚ ਟੁਰੇ ਤੇ ਜਾ ਲਈ ਟਹਿਲ ਕੇ ਟੁਰੇ ਹੋਰ ਤੇਰਾ ਟੁਰੇ ਤਕੱਬਰ ਹੈ ਗੁਨਾਹ ਹੈ ਟਹਿਲ ਕੇ ਟੁਰੇ ਤੇ ਹਸਤੀ ਹੈ ਜਾ ਲਈ ਬਾਦਸ਼ਾਹ ਦੀ ਜ਼ਮੀਨ ਤੇ ਟਹਿਲ ਕੇ ਟੁਰਨਾ ਵਰਨਾ ਨਹੀਂ ਸੇ ਸਾਬਰ ਸੇ ਸਬਰ
जीम जमा जीम जहा जीम जाबर जीम जबार जी जमा जे चढ़ जे चाहे जे चादरे तो तहीर आले मोहम्मद दे तेरी मेरी नहीं हे हक हे हकूमत हे हाकम जय कुरान अल करीम तो कुरान अल हकीम हे खैबर खे खलावर खे खंदक पाक रसूल जाहली बादशाह दाल दरूद दाल दर दाल दादा दाल दर माशाल्लाह जबरदस्त तो सारी ये तो कहनी मैंने पता लेकिन बाबा ये तो सारा इल्म किस तरह है ये पाक के बरिया तो देते हैं। अच्छा बाबा जी हमने गल थोड़ी हटके करने तुम माशाल्लाह इल्म ले गए हो सानू थोड़ी नॉलेज इजाफा भी होया यह जो हम दाता साहब का मेला इस टाइम करीब है मेरे ख्याल कल तो शुरू हो जाएगा ठीक है हूँ दाता की नगरी से आ के जो तुम चर्स या बूटियाँ तुम पियोगे वो भी बच्चों के सामने तो देखो अकल जिस चीज़ नाल जायद हो गए उस चीज़ को मना किया पता की आंदा इतने आंदा इसमें इसमें जिसमें समझो समझी कलबा कलबी रूह करो अकलो अकली शकलो शकली नस्लो नस्ली हर चीज़ नस्ल एक जैसी नहीं ना रहमत एक ना जामत एक ना कर्म एक ना भरम एक ना धर्म एक ना जमण एक ना मरने एक ना करने एक ना जरने एक ना अकल एक ना शकल एक हर शायद जुदा जुदा मेरे खुदा ने केवरी यार ने सच्चा पन दिता से जे जे तेनू मैंने पाया हस दूसरा सच्चे च नहीं पाया ये मेरे खुदा का फैसला है और मेरे खुदा का कसम मेरा दिल खुश हो गया थोड़े को बह के इल्म ले गए हो तुम सारे साढ़े व्डे गए हो बाबा जी नहीं नहीं कोई नहीं 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 बाबा जी असी कुछ भी नहीं गए तुम साढ़े व्डे गए हो असी तो कुछ भी नहीं गए असी तो आके तो गल करके खुश हो रहे हैं दिल खुश हो रहे हैं यकीन अगले तेरे तो कुछ होर ही काम पाया नहीं नहीं वो देखो वो एक अलग ही महफिल है इसी महफिल से मुझे बड़ा मजा आया जी मैं तो भी बुलाना हाँ कि मेरे नाल गल कर तू दुनिया ने की रड़वा पाए है अच्छा बाबा जी तुसी तुसी मेरे नाल कर तू तुसी की पैगाम दोगे आज बड़ी रौनक लगी कहेंगे कि खुदा खुदा करो खुदा का शुक्र अदा करो सबर करो और शुक्र करो जो सब तो औखी चीज़ है सबर और शुक्र खुदा का फरमान है सबर और शुक्र वाले मैं साथ साथ हूँ बेशक बिल्कुल अच्छी गल की आखिरी आखिरी एक सवाल और पूछांगा हुने बाहर एक बंदे बंदा चर्च पी रहा से उन्होंने क्या क्यों करा कहता मेरे पीर ने मैनू लाया नहीं ये इंसान दी अपनी फितरत है अपनी फितरत है पीरां दे पारे ने नहीं पीरां नु गलत ना करो पीर है तो पाक मोहम्मद मुस्तफा है पाक मोहम्मद मुस्तफा तो बड़ा पीर कोई नहीं सही बात पाक अली तो बड़ा अमीर कोई नहीं सही बात पाक हुसैन तो बड़ा फकीर कोई नहीं गलत काम खुद करना है लेकिन पाक ज्यादा देना है ज्यादती जब करे तू तो परे कोई ये कितो ले है जो बढ़ना तू बढ़ना मैं तो नहीं बढ़ना मैं गिरना जो मैं बढ़ना थी और बड़ा मजा आया बड़े इल्म वाले लोग हैं लेकिन जो चर्स और बूटियां पी के अपने पीरों के नाम पे लगा रहे हैं ये बड़ी ज्यादती है ये बड़ी गलत है साढ़ के सारा जमाना एको जिया नहीं हैं तो हमने देख लिया हैं सारा जमाना एक जिया नहीं बिल्कुल कुछ इथे एक बोले ने कहा के फकर दा नूरी पर्दा चाने देखी पल्ला लोंबड़ गिद्दड़ बगड़ बिल्ले मते शेर बुकड़े विच पल्ला क्या अल फकरो फकरी वाल फकरो मिनी मेरी कीती नबी तसल्ला है शिकारो किस पता नहीं बोले तो हट के रहना पल्ला जड़ा घर तो बाहर दे बगैर कंजर और डल्ला सारे तो नहीं घर तो बाहर हो जाते सही गल है फैसला आपका मुझे दीजिए इजाजत अल्लाह निगहबान।